ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਦੇਸ਼ ਵਿਦੇਸ਼ ਦੇ ਵਿੱਚ ਸਿੱਖਾਂ 'ਤੇ ਜਿਹੜੇ ਹਮਲੇ ਕੀਤੇ ਜਾ ਰਹੇ ਨੇ, ਔਰ ਇਹਦਾ ਵਾਰ ਵਾਰ ਇੱਕ ਕਿਸਮ ਦਾ ਉਸੇ ਤਰ੍ਹਾਂ ਦੇ ਹਮਲੇ ਸਾਹਮਣੇ ਆ ਰਹੇ ਨੇ, ਜਿਵੇਂ ਕਿ ਘਿਰਨਾਤਮਕ ਤੌਰ 'ਤੇ ਔਰ ਐਸੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਜਿਸ ਨਾਲ ਮਤਲਬ ਸਿੱਖਾਂ ਨੂੰ ਨੀਵੇਂ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ। ਦੇਸ਼ ਦੇ ਵਿੱਚ ਹੀ ਮਤਲਬ ਵੱਖ ਵੱਖ ਸੂਬਿਆਂ ਦੇ ਵਿੱਚ ਸਿੱਖਾਂ ਨਾਲ ਜਿਹੜੀਆਂ ਨੇ ਬਹੁਤ ਸਾਰੀਆਂ ਵਧੀਕੀਆਂ ਕੀਤੀਆਂ ਜਾ ਰਹੀਆਂ, ਤਕਾਯੁਰੀ ਕੀਤੀ ਜਾ ਰਹੀ ਆ, ਉਹਨਾਂ ਨੂੰ ਬੇਪਤ ਕੀਤਾ ਜਾ ਰਿਹਾ, ਉਹ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਉਹਨਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ। ਰਾਜਸਥਾਨ ਅਤੇ ਹਰਿਆਣਾ, ਪੰਜਾਬ ਔਰ ਹੋਰਨਾਂ ਥਾਵਾਂ 'ਤੇ ਅਜਿਹੀਆਂ ਵਾਪਰੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਮੁੱਚੀ ਕੌਮ ਲਈ ਫਿਕਰਮੰਦੀ ਦਾ ਵਿਸ਼ਾ ਨੇ, ਔਰ ਅਸੀਂ ਵਿਸ਼ੇਸ਼ ਤੌਰ 'ਤੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀ ਦਿੱਲੀ ਵਿਖੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਮਿਲੇ ਸੀਗੇ। ਉਹਨਾਂ ਨੇ ਅਚੇਚੇ ਤੌਰ 'ਤੇ ਇਹਨਾਂ ਮੁੱਦਿਆਂ ਨਾਲ ਉਹਨਾਂ ਦਾ ਵਿਚਾਰ ਸਾਂਝੇ ਕੀਤੇ ਸੀ ਔਰ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਵੀ ਦਵਾਇਆ ਸੀਗਾ। ਅਸੀਂ ਦੁਬਾਰਾ ਵੀ ਮਤਲਬ ਇਸ ਸੰਬੰਧ ਦੇ ਵਿੱਚ ਪੱਤਰ ਲਿਖਿਆ ਉਹਨਾਂ ਨੂੰ ਕਿ ਉਹ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਯਤਨ ਕਰਨ, ਔਰ ਜਿਹੜੇ ਸੰਬੰਧਿਤ ਸਰਕਾਰਾਂ ਨੇ ਉਹਨਾਂ ਨੂੰ ਵੀ ਮਤਲਬ ਆਦੇਸ਼ ਜਾਰੀ ਕਰਨ ਕਿ ਅਜਿਹੀਆਂ ਕਾਰਵਾਈ ਨਾ ਹੋਵੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਵਿਰੁੱਧ ਬਣਦੀ ਕਾਰਵਾਈ ਜਿਹੜੀ ਤੁਰੰਤ ਕੀਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਕੀਤੀ ਜਾਵੇ। ਜਿਹੜਾ ਵਿਦੇਸ਼ਾਂ ਦੇ ਵਿੱਚ ਵਾਪਰਿਆ ਇਸ ਤਰ੍ਹਾਂ ਦਾ ਵਰਤਾਰਾ ਹੈ ਉਹ ਵੀ ਬਹੁਤ ਦੁਖਦਾਈ ਹੈ। ਪਿਛਲੇ 3 ਹਫ਼ਤਿਆਂ ਦੇ ਵਿੱਚ 3 ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ ਜਿਹੜੀਆਂ ਨੇ ਸਮੁੱਚੀ ਕੌਮ ਨੂੰ ਮਤਲਬ ਸੋਚਣ ਲਈ ਮਜਬੂਰ ਕੀਤਾ ਹੈ, ਔਰ ਇਹ ਵੱਖ ਵੱਖ ਘਟਨਾਵਾਂ ਦੇ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਲੱਗੀ ਹੈ। ਔਰ ਸੁਸ਼ਮਾ ਸਵਰਾਜ ਜਿਹੜੀ ਵਿਦੇਸ਼ ਮੰਤਰਾਲਾ ਦੀ ਮੁਖੀ ਹੈ ਉਹਨਾਂ ਨੂੰ ਵੀ ਅਚੇਚੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਤਰ ਲਿਖਿਆ ਗਿਆ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰਨ ਔਰ ਉੱਥੋਂ ਦੀਆਂ ਸਰਕਾਰਾਂ 'ਤੇ ਇਸ ਸੰਬੰਧੀ ਆਪਣਾ ਦਬਾਅ ਬਣਾਉਣ ਵੀ ਅਜਿਹੀਆਂ ਘਟਨਾਵਾਂ ਨਾ ਵਾਪਰਨ, ਔਰ ਜਿਹੜੇ ਦੋਸ਼ੀ ਨੇ ਇਸ ਸੰਬੰਧ ਦੇ ਵਿੱਚ ਉਹਨਾਂ ਦੇ ਵਿਰੁੱਧ ਸਖਤੀ ਨਾਲ ਪੇਸ਼ ਆਇਆ ਜਾਏ, ਉਹਨਾਂ ਦੇ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਏ। ਬਾਬਾ ਸਿੱਖਾਂ 'ਤੇ ਕਿਉਂ ਅੱਤਿਆਚਾਰ ਕੀਤਾ ਜਾ ਰਿਹਾ? ਇਹ ਵਿਸ਼ੇ ਹੀ ਤਾਂ ਸੋਚਣ ਵਾਲੀ ਗੱਲ ਆ ਕਿ ਸਾਨੂੰ ਹਿੰਦੁਸਤਾਨ ਦੇ ਵਿੱਚ ਹੀ ਮਤਲਬ ਜਿਹੜਾ ਹੈ ਉਹ ਦੂਜੇ ਦਰਜੇ ਦਾ ਸ਼ਹਿਰੀ ਕਿਉਂ ਪੜਾਇਆ ਜਾ ਰਿਹਾ, ਕਿਉਂ ਮਹਿਸੂਸ ਕਰਵਾਇਆ ਜਾ ਰਿਹਾ ਹੈ, ਅਤੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੈ ਉਹ ਹੋਰ ਵੀ ਦੁਖਦਾਈ ਹੈ, ਜਦੋਂ ਕਿ ਉੱਥੇ ਵੀ ਸਿੱਖਾਂ ਨੇ ਬਹੁਤ ਮਾਣ ਸਨਮਾਨ ਵਜੋਂ ਜਿਹੜਾ ਹੈ ਉਹ ਕੰਮ ਕੀਤਾ, ਦੇਸ਼ ਦੀ ਤਰੱਕੀ ਵਾਸਤੇ, ਖੁਸ਼ਹਾਲੀ ਵਾਸਤੇ, ਉੱਥੋਂ ਦੀ ਆਰਥਿਕਤਾ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਹੈ।